अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा में शनिवार दोपहर बाद नहर में से एक रॉकेट लॉन्चर मिलने से सनसनी फैल गई। आनन-फानन में सूचना पाकर पुलिस बल और बम निरोधक दस्ता मौके पर पहुंचा। फिलहाल रॉकेट लॉन्चर को डिस्पोज किए जाने करने के लिए टीम रॉकेट लॉन्चर को सुनसान जगह पर ले गई। वहां जाकर इसे सुरक्षित तरीके से डिफ्यूज कर दिया गया। की नाम है किड़ी टीम अपनी? ਬਠਿੰਡਾ ਰੇਂਜ ਦੀ ਹੈ। ਸਾਡੇ ਕੋਲ ਸੱਤ ਜ਼ਿਲ੍ਹੇ ਹੈ, ਪੰਜਾਬ 'ਚ ਚਾਰ ਟੀਮਾਂ ਆਪਣੇ ਟੋਟਲ। ਬਠਿੰਡਾ ਰੇਂਜ 'ਚ ਇੱਧਰ ਆਪਾਂ ਨੂੰ ਸੱਤ ਜ਼ਿਲ੍ਹੇ ਦਿੱਤੇ ਆ, ਜੇ ਇੱਧਰ ਕੋਈ ਲੋੜ ਪੈਂਦੀ ਹੈ ਇੱਧਰ ਅਸੀਂ ਆਉਂਦੇ ਹਾਂ। ਅਤੇ ਜਿਹੜਾ ਇਹ ਅਨਐਕਸਪਲੋਡਡ ਮਿਲਟਰੀ ਆਰਡੀਨੈਂਸ ਹੈ, ਯਾਨੀ ਕਿ ਕਈ ਵਾਰ ਫੜਦਾ ਨਹੀਂ ਜਾਂ ਉਹ ਰਹਿ ਜਾਂਦਾ, ਜਿੰਦਾ ਰਹਿ ਜਾਂਦਾ। ਕਾਫੀ ਮਿਲਦੇ ਰਹਿੰਦੇ, ਫਾਜ਼ਿਲਕਾ ਏਰੀਏ 'ਚ ਕਾਫੀ ਮਿਲਦੇ ਆ ਇਹ। ਮੋਗੇ ਏਰੀਏ 'ਚ ਵੀ ਦੋ ਤਿੰਨ ਸਟ੍ਰਾਈਕ ਕੀਤੇ ਸੀ ਕਿੱਦਾਂ ਦੇ। ਅਤੇ ਮਤਲਬ ਕਿ ਇਹਨੂੰ ਕੋਈ ਵੀ ਚੋਟ ਵਗੈਰਾ ਲੱਗਦੀ ਹੈ ਤਾਂ ਇਹ ਪੂਰੇ ਖਤਰਨਾਕ ਹੈ, ਜਿੰਦਾ ਹੀ ਆ ਹਾਲੇ, ਮਤਲਬ ਕਿ ਨਸ਼ਟ ਨਹੀਂ ਹੋਇਆ ਗਾ ਇਹਨੂੰ। पुराने 96-97 ਦੇ ਮਤਲਬ ਕਿ ਬਹੁਤ ਮਿਲਦੇ ਜਿਹੜੇ ਪੁਰਾਣੇ ਆਪਣੇ ਚੀਨ ਵਾਲੀ ਜੰਗ ਮਿਲਦੇ ਉਦੋਂ ਦੇ ਆ, ਪਾਕਿਸਤਾਨ ਵਾਲੀ ਜੰਗ ਹੋਈ ਆ ਉਸ ਵੇਲੇ ਦੇ ਵੀ ਆਪਾਂ ਨੂੰ ਬਹੁਤ ਮਿਲਦੇ ਆ, ਵੱਡੇ ਜਿਹੜੇ ਤੋਪ ਵਾਲੇ ਵੀ ਮਿਲਦੇ ਇੱਥੋਂ ਤੱਕ। ਭਾਜੀ ਇਹ ਕਲਰ ਰੋਕਟ ਲਾਂਚਰ ਕਹਿੰਦੇ ਇਹਨੂੰ ਕਿ ਰੋਕਟ ਰੋਕਟ ਲਾਂਚਰ ਭਾਜੀ ਇਹ ਕਲਰ ਹੈ ਜਿਹੜਾ ਕਲਰ ਤਾਂ ਆਪਣਾ ਲੱਗਦਾ ਨਹੀਂ ਹੈ ਫੌਜ ਵਾਲਾ ਆਪਣਾ ਇਸ ਦਾ ਨਹੀਂ। ਇਹ ਨਹੀਂ ਹੁਣ ਆਪਾਂ ਕਹਿ ਸਕਦੇ ਵੀ ਕਿੱਥੋਂ ਦਾ ਨਹੀਂ ਹੈ ਨਾ, ਪਰ ਹੈ ਮਿਲਟਰੀ ਦਾ ਕਿਉਂਕਿ ਆਮ ਤਾਂ ਇਹ ਆਰਡੀਨੈਂਸ ਹੈ ਨਹੀਂ, ਪੁਲਿਸ ਦੇ ਡਿਪਾਰਟਮੈਂਟ ਦਾ ਹੈ ਨਹੀਂ। ਜਿੰਦਾ ਹੀ ਹੈ ਯਾਨੀ ਕਿ ਹਾਂ ਜਿੰਦਾ ਹੀ ਹੈ। ਕਾਰਨ ਕਿਵੇਂ ਕਿਵੇਂ ਲੱਗਦਾ ਇੱਥੇ ਕਿਵੇਂ ਜੀ ਇੱਥੇ ਕਿਵੇਂ ਕਾਰਨ ਤਾਂ ਹੁਣ ਇਹ ਤਾਂ ਨਹੀਂ, ਇਹ ਤਾਂ ਇਨਵੈਸਟੀਗੇਸ਼ਨ ਸਿਵਲ ਡਿਪਾਰਟਮੈਂਟ ਆਪਣੇ ਪੁਲਿਸ ਡਿਪਾਰਟਮੈਂਟ ਜ਼ਿਲ੍ਹਾ ਡਿਪਾਰਟਮੈਂਟ ਕਰੂਗਾ ਵੀ ਕਿੱਥੋਂ ਆਇਆ ਕਿਵੇਂ ਸੁੱਟਿਆ ਜਾਂ ਕਿਵੇਂ। ਵੈਸੇ ਹੋ ਸਕਦਾ ਕਈ ਵਾਰ ਜਿਵੇਂ ਕੋਈ ਲੱਭ ਜਾਂਦਾ ਕਿਸੇ ਨੂੰ ਕੁਆੜਗੇ ਨੂੰ ਵੇਚ ਦਿੰਦੇ ਆ, ਕੁਆੜਗੇ ਤੋਂ ਬਾਅਦ ਉਹ ਵੇਨਾ ਵੀ ਇਹ ਤਾਂ ਖਤਰਨਾਕ ਚੀਜ਼ ਆਊਗਾ, ਅਸੀਂ ਸੁੱਟ ਜਾਂਦੇ ਆ ਜਾਂ ਰੋਡ ਦੇ ਨੇੜੇ ਸੁੱਟ ਕੇ ਜਾਂ ਕਿਤੇ ਨਹਿਰ 'ਚ ਸੁੱਟਦਾ, ਇੱਦਾਂ ਦਾ ਬਿਹੇਵ ਕਰਦੇ। ਅੱਛਾ ਤੁਸੀਂ ਹੁਣ ਆਪਦੇ ਸੀਨੀਅਰ अगर आपने हमारे चैनल को सब्सक्राइब नहीं किया है तो इसे सब्सक्राइब कर लें।